पछाण जी दे नाल मेरी मेरा मुट ते अखीर जिवें समया ने सिरजी एदी सोहनी तस्वीर दस किवें तैनू आख सुनावा आ गया मेरा पिंड वेख लै पंजाब केड़े रंगी वसदा वेखावा आ जा मेरा पिंड वेख लै आ जा मेरा ਸਾਡੇ ਪਿੰਡਾਂ ਵਿੱਚ ਵਸਦਾ ਰੱਬ ਨਹੀਂ ਸਾਡੇ ਪਿੰਡਾਂ ਵਿੱਚ ਵਸਦਾ ਰੱਬ ਹਾਂ ਪੰਜਾਬੀ ਪਿਆਰਿਓ ਸੱਚਮੁੱਚ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਰੱਬ ਵਸਦਾ ਵਾ ਅੰਮ੍ਰਿਤ ਵੇਲੇ ਜਦੋਂ ਚਿੜੀਆਂ ਚਹਿਚਹਾਉਂਦੀਆਂ ਨੇ ਤਾਂ ਅੰਮ੍ਰਿਤ ਵੇਲੇ ਦੀਆਂ ਕਿਰਨਾਂ ਪਹਿਲਾਂ ਲਾਲ ਰੰਗ ਅਤੇ ਫਿਰ ਸੁਨਹਿਰੀ ਰੰਗ ਦੇ ਵਿੱਚ ਰੰਗਦੀਆਂ ਨੇ ਸਮੁੱਚੀ ਕਾਇਨਾਤ ਨੂੰ ਅਤੇ ਸਾਡੇ ਪਿੰਡਾਂ ਵਾਲੇ ਆਲੇ ਭੋਲੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਿਆਂ ਆਪਣੇ ਖੇਤ ਖਲਿਆਨਾਂ ਨੂੰ ਰਵਾਨਾ ਹੁੰਦੇ ਨੇ ਖੂਨ ਪਸੀਨਾ ਇੱਕ ਕਰਨ ਲਈ ਅਤੇ ਫਿਰ ਮਿਹਨਤ ਮੁਸ਼ੱਕਤ ਕਰਦਿਆਂ ਜੇ ਰਤਾ ਕੁ ਸਮਾਂ ਮਿਲ ਵੀ ਜਾਵੇ ਤਾਂ ਆਪਣੇ ਪਿੰਡ ਦੀ ਨਕਸ਼ ਨੁਹਾਰ ਬਦਲਣ ਲਈ ਵੀ ਸਮਾਂ ਕੱਢ ਹੀ ਲੈਂਦੇ ਨੇ ਵੈਸੇ ਤਾਂ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੇ ਬੇਤਹਾਸ਼ਾ ਤਰੱਕੀ ਕੀਤੀ ਹੈ ਪਰ ਪੰਜਾਬ ਦਾ ਇੱਕ ਅਜਿਹਾ ਪਿੰਡ ਹੈ ਜਿਸ ਦੇ ਵਾਸੀਆਂ ਨੇ ਆਪਣੀ ਲਗਨ ਸਦਕਾ ਮਾਰਕਾ ਮਾਰਿਆ ਹੈ ਅਤੇ ਪਿੰਡ ਦੀ ਨਕਸ਼ ਨੁਹਾਰ ਬਦਲੀ ਹੈ ਆਓ ਤੁਹਾਨੂੰ ਲੈ ਚੱਲਦੇ ਹਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕਰ ਵਿਖੇ ਇਰਾਦਾ ਨੇਕ ਹੋਵੇ ਤਾਂ ਕੁਦਰਤ ਵੀ ਉਸ ਨੂੰ ਪੂਰਾ ਕਰਨ ਵਿੱਚ ਜੁੱਟ ਜਾਂਦੀ ਹੈ ਅਜਿਹਾ ਹੀ ਚਮਤਕਾਰ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਜਗਰਾਉਂ ਦੇ ਪਿੰਡ ਚੱਕਰ ਵਿੱਚ ਦੇਖਣ ਤੋਂ ਮਿਲਦਾ ਹੈ ਚੱਕਰ ਚਾਹੇ ਪਿੰਡ ਹੈ ਪਰ ਇਸ ਪਿੰਡ ਵਿੱਚ ਪੈਰ ਧਰਦਿਆਂ ਹੀ ਇਸ ਦੇ ਚਾਰ ਚੁਫੇਰੇ ਹੋਏ ਵਿਕਾਸ ਖੂਬਸੂਰਤੀ ਦੀ ਮੂੰਹ ਬੋਲ ਦੀ ਤਸਵੀਰ ਦੇਖਦਿਆਂ ਹੀ ਚੰਡੀਗੜ੍ਹ ਅਤੇ ਹੋਰ ਵੱਡੇ ਸ਼ਹਿਰਾਂ ਦਾ ਭੁਲੇਖਾ ਪੈਂਦਾ ਹੈ ਭੁਲੇਖਾ ਪਵੇ ਵੀ ਕਿਉਂ ਨਾ ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦੀ ਜਗਰਾਉਂ ਤਹਿਸੀਲ 'ਚ ਪੈਂਦਾ ਹੈ ਇਹ ਪਿੰਡ ਵਿਧਾਨ ਸਭਾ ਅਸੈਂਬਲੀ ਹਲਕਾ ਜਗਰਾਉਂ 'ਚ ਆਉਂਦਾ ਹੈ ਜਿਸ ਦੀ ਮਾਣਯੋਗ MLA ਸਰਬਜੀਤ ਕੌਰ ਮਾਣੂਕੇ ਨੁਮਾਇੰਦਗੀ ਕਰਦੇ ਹਨ ਇਸ ਪਿੰਡ ਦੀਆਂ ਹੱਦਾਂ ਲੱਖਾ ਹਠੂਰ ਰਾਮਾ ਕੁੱਸਾ ਮੀਨੀਆਂ ਲੋਪੋਂ ਮਲਾ ਮਾਣੂਕੇ ਨਾਲ ਜੁੜਦੀਆਂ ਹਨ ਇਹ ਪਿੰਡ ਇਨ੍ਹਾਂ ਪਿੰਡਾਂ ਨਾਲ ਸੜਕੀ ਮਾਰਗ ਨਾਲ ਜੁੜਿਆ ਹੋਇਆ ਹੈ ਇਸ ਪਿੰਡ ਦੀ ਆਬਾਦੀ 14,000 ਦੇ ਕਰੀਬ ਹੈ ਇਸ ਦੀਆਂ 6,600 ਦੇ ਕਰੀਬ ਵੋਟਾਂ ਹਨ ਇਸ ਪਿੰਡ ਦੀ ਏਕਤਾ ਨੇ ਪਿੰਡ ਦੀ ਕਾਇਆ ਕਲਪ ਕਰ ਦਿੱਤੀ ਸੱਤ ਸਮੁੰਦਰ ਪਾਰ ਵਸਦੇ ਸਿੱਧੂ ਭਰਾਵਾਂ ਨੇ ਸਾਲ 2011 ਵਿੱਚ ਇਸ ਪਿੰਡ ਨੂੰ ਖੂਬਸੂਰਤ ਸ਼ਹਿਰ ਵਾਂਗ ਉਸਾਰਨ ਦਾ ਤਹੱਈਆ ਕੀਤਾ ਤਾਂ ਉਹਨਾਂ ਦੇ ਇੱਕ ਹੋਕੇ ਤੇ ਪੂਰਾ ਪਿੰਡ ਉਹਨਾਂ ਦੇ ਨਾਲ ਹੋ ਤੁਰਿਆ ਬਸ ਫਿਰ ਕੀ ਸੀ ਸਾਲ 2016 ਵਿੱਚ ਹੀ ਇਸ ਪਿੰਡ ਨੂੰ ਪੂਰੀ ਤਰ੍ਹਾਂ ਸੀਵਰੇਜ ਸਿਸਟਮ ਨਾਲ ਲੈਸ ਕਰਨ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਪਿੰਡ ਵਿੱਚ ਸੀਵਰੇਜ ਪਾਉਣ ਦਾ ਉਦਘਾਟਨ ਵਾਤਾਵਰਨ ਪ੍ਰੇਮੀ ਅਤੇ ਮੌਜੂਦਾ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਦੇ ਕਰ ਕਮਲਾਂ ਨਾਲ ਹੋਇਆ ਸੀਵਰੇਜ ਵੀ ਸਰਕਾਰਾਂ ਦੀ ਪਾਲਿਸੀ ਮੁਤਾਬਕ ਨਹੀਂ ਬਲਕਿ ਅਗਲੇ ਕਈ ਦਹਾਕਿਆਂ 'ਚ ਆਬਾਦੀ ਵਧਣ ਦੇ ਹਿਸਾਬ ਨਾਲ ਪਾਇਆ ਗਿਆ ਤਾਂ ਕਿ ਭਵਿੱਖ ਵਿੱਚ ਸੀਵਰੇਜ ਦੀ ਪਾਈਪਲਾਈਨ ਛੋਟੀ ਨਾ ਪੈ ਜਾਵੇ ਅਜੋਕੇ ਸਮੇਂ ਜਦੋਂ ਸਰਕਾਰਾਂ ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇ ਰਹੀਆਂ ਨੇ ਅਜਿਹੇ ਸਮੇਂ ਚੱਕਰ ਪਿੰਡ ਦੇ ਵਾਸੀਆਂ ਨੇ ਨਿਵੇਕਲਾ ਉੱਦਮ ਕੀਤਾ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਬਣਾ ਕੇ ਪਿੰਡ ਵਾਸੀਆਂ ਨੂੰ ਪਿੰਡ ਦੇ ਵਿੱਚ ਹੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਅਤੇ ਫਿਰ NRI ਵੀਰ ਪਿੱਛੇ ਕਿਵੇਂ ਰਹਿੰਦੇ NRI ਵੀਰਾਂ ਨੇ ਕਿਸੇ ਵੀ ਐਮਰਜੈਂਸੀ ਹਾਲਾਤ ਵਾਸਤੇ ਐਂਬੂਲੈਂਸ ਦਾ ਪ੍ਰਬੰਧ ਕਰਕੇ ਦਿੱਤਾ ਪਿੰਡ ਦੀ ਨੁਹਾਰ ਬਦਲਣ ਤੋਂ ਬਾਅਦ ਮਹਿੰਗੀਆਂ ਸਿਹਤ ਸਹੂਲਤਾਂ ਦਾ ਵੀ ਜ਼ਬਰਦਸਤ ਪ੍ਰਬੰਧ ਕੀਤਾ ਗਿਆ ਪਿੰਡ ਵਿੱਚ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਦਾ ਗਠਨ ਕਰਦਿਆਂ ਡਿਸਪੈਂਸਰੀ ਸਥਾਪਿਤ ਕੀਤੀ ਗਈ ਇਸ ਡਿਸਪੈਂਸਰੀ ਵਿੱਚ ਸਿਹਤ ਵਿਭਾਗ ਤੋਂ ਸੇਵਾ ਮੁਕਤ ਡਾਕਟਰ ਸੇਵਾਵਾਂ ਨਿਭਾ ਰਹੇ ਹਨ ਇਸ ਡਿਸਪੈਂਸਰੀ ਵਿੱਚ ਪਿੰਡ ਵਾਸੀਆਂ ਦਾ ਮੁਫ਼ਤ ਚੈੱਕਅਪ ਤਾਂ ਹੁੰਦਾ ਹੀ ਹੈ ਦਵਾਈਆਂ ਵੀ ਮੁਫ਼ਤ ਹੀ ਦਿੱਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਐਕਸਰੇ ਤੋਂ ਲੈ ਕੇ ਸਾਰੇ ਲੈਬੋਰਟਰੀ ਟੈਸਟਾਂ 'ਤੇ 50% ਛੋਟ ਵੀ ਮਿਲਦੀ ਹੈ ਡਿਸਪੈਂਸਰੀ ਬਣਨ ਅਤੇ ਐਂਬੂਲੈਂਸ ਦੀ ਘਾਟ ਨੂੰ ਪੂਰਾ ਕਰਨ ਲਈ ਪਿੰਡ ਦੇ 3 NRI ਭਰਾਵਾਂ ਨੇ ਮਿੰਟ ਨਾ ਲਾਇਆ ਅਤੇ ਡਿਸਪੈਂਸਰੀ ਵਿੱਚ ਐਂਬੂਲੈਂਸ ਲਿਆ ਖੜੀ ਕੀਤੀ ਪਿੰਡ ਚੱਕਰ ਵਿਖੇ ਬਾਬਾ ਅਮਰਜੀਤ ਸਿੰਘ ਬੜੂੰਦੀ ਵਾਲਿਆਂ ਵੱਲੋਂ ਵੱਡਾ RO ਸਿਸਟਮ ਸਥਾਪਿਤ ਕਰਵਾਇਆ ਗਿਆ ਹੈ ਜਿਸ ਤੋਂ ਪਿੰਡ ਦੇ ਹਰ ਘਰ ਨੂੰ ਰੋਜ਼ਾਨਾ 20 ਲੀਟਰ ਮੁਫ਼ਤ ਮਿਨਰਲ ਵਾਟਰ ਮਿਲਦਾ ਹੈ ਇਸ ਨਾਲ ਪਿੰਡ ਚੱਕਰ ਦੇ ਲੋਕਾਂ ਦਾ ਜਿੱਥੇ ਹਜ਼ਾਰਾਂ ਰੁਪਏ RO ਲਗਵਾਉਣ ਤੋਂ ਬਚਿਆ ਹੈ ਉੱਥੇ ਇੱਕ ਬਣੀ ਲਿਮਿਟ ਅਨੁਸਾਰ ਪਾਣੀ ਮਿਲਣ 'ਤੇ ਪਾਣੀ ਦੀ ਬਰਬਾਦੀ ਵੀ ਨਹੀਂ ਹੁੰਦੀ ਪਿੰਡ ਵਿੱਚ ਪਾਣੀ ਨਿਕਾਸੀ ਲਈ 3 ਛੱਪੜ ਸਨ ਇਹ ਛੱਪੜ ਸੀਵਰੇਜ ਪੈਣ ਤੋਂ ਬਾਅਦ ਪਿੰਡ ਦੀ ਖੂਬਸੂਰਤੀ ਨੂੰ ਖਰਾਬ ਕਰਦੇ ਸਨ ਇਹਨਾਂ ਨੂੰ ਸੁੰਦਰ ਝੀਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ
ਇਹੀ ਨਹੀਂ ਇਨ੍ਹਾਂ ਝੀਲਾਂ ਵਿੱਚ ਪਾਣੀ 'ਚ ਤੈਰਦੇ ਜੀਵ ਵੀ ਇਸ ਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਂਦੇ ਹਨ। ਪਿੰਡ ਚੱਕਰ ਦੇ ਵੱਡੇ ਸ਼ਹਿਰਾਂ ਵਾਂਗ ਖੂਬਸੂਰਤ ਬਣਨ ਦੀ ਚਰਚਾ 'ਚ ਫੇਰੇ ਛਿੜੀ ਤਾਂ ਇਸ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ 'ਚ ਆਉਣ ਲੱਗੇ। ਲੋਕਾਂ ਦੀ ਵੱਧਦੀ ਆਬਾਦੀ ਦੇਖ ਕੇ ਪਿੰਡ ਵਾਸੀਆਂ ਵੱਲੋਂ ਇੱਥੇ ਕੈਂਟੀਨ ਵੀ ਸਥਾਪਿਤ ਕਰ ਦਿੱਤੀ ਗਈ, ਜਿਸ ਨਾਲ ਇੱਥੇ ਮਨੋਰੰਜਨ ਕਰਦੇ ਖੂਬਸੂਰਤੀ ਦਾ ਨਜ਼ਾਰਾ ਤੱਕਣ ਦੇ ਨਾਲ ਨਾਲ ਖਾਣ ਪੀਣ ਦੀਆਂ ਚੀਜ਼ਾਂ ਦਾ ਆਨੰਦ ਵੀ ਮਾਣਨ ਲੱਗੇ। ਇਸ ਤੋਂ ਇਲਾਵਾ ਨਵੇਂ ਵਿਆਹੇ ਜੋੜਿਆਂ ਦੀ ਪ੍ਰੀ ਵੈਡਿੰਗ ਸ਼ੂਟ ਤੇ ਗਾਣਿਆਂ ਦੇ ਫਿਲਮਾਂਕਣ ਆਮ ਜਿਹੀ ਗੱਲ ਹੋ ਗਈ। ਵਾਤਾਵਰਨ ਪ੍ਰਤੀ ਸੰਜੀਦਾ ਪਿੰਡ ਚੱਕਰ ਦੇ ਵਾਸੀਆਂ ਨੇ ਆਪਣੇ ਪਿੰਡ ਨੂੰ ਰੁੱਖਾਂ ਨਾਲ ਇਸ ਕਦਰ ਸੰਵਾਰਿਆ ਹੈ ਕਿ ਜਦੋਂ ਵੀ ਕੋਈ ਬਾਹਰਲਾ ਵਿਅਕਤੀ ਇਸ ਪਿੰਡ ਦੇ ਵਿੱਚ ਆਉਂਦਾ ਹੈ ਤਾਂ ਉਹ ਆਪ ਮੁਹਾਰੇ ਆਖ ਉੱਠਦਾ ਕਿ ਬਾਈ ਸਿਆਂ ਤੁਹਾਡੇ ਪਿੰਡ ਆ ਕੇ ਜੀ ਲੱਗ ਜਾਂਦਾ। ਇੱਥੇ ਹੀ ਬਸ ਨਹੀਂ, ਫਿਰ ਪਿੰਡ ਵਿੱਚ ਬੂਟੇ ਲਾਉਣ ਦੀ ਮੁਹਿੰਮ ਛੇੜੀ ਤਾਂ 50 ਲੱਖ ਦੀ ਲਾਗਤ ਨਾਲ ਪਿੰਡ ਨੂੰ ਫਲ ਫੁੱਲ ਖੂਬਸੂਰਤ ਰੁੱਖਾਂ ਨਾਲ ਇਸ ਤਰ੍ਹਾਂ ਸ਼ਿੰਗਾਰਿਆ ਗਿਆ ਕਿ ਪਿੰਡ ਵਿੱਚ ਜਿਸ ਪਾਸੇ ਵੀ ਝਾਤ ਮਾਰੀਏ ਪਹਾੜੀ ਇਲਾਕਿਆਂ ਵਾਂਗ ਖੂਬਸੂਰਤ ਹਰਿਆਲੀ ਦਾ ਨਜ਼ਾਰਾ ਅੱਖਾਂ ਨੂੰ ਇੱਕ ਵਿਲੱਖਣ ਨਜ਼ਾਰਾ ਪੇਸ਼ ਕਰਦਾ ਹੈ। ਕਦੀ ਗਾਣਾ ਸੁਣੀਦਾ ਸੀ ਚੰਡੀਗੜ੍ਹ ਕੋਠੀ ਪਾ ਦੇਵੇ ਪਿੰਡਾਂ ਵਿੱਚ ਉੱਡਦੀ ਧੂੜ, ਪਰ ਪਿੰਡ ਚੱਕਰ ਦੀ ਕੋਈ ਵੀ ਮੁਟਿਆਰ ਆਪਣੇ ਮਾਹੀ ਤੋਂ ਇਹ ਮੰਗ ਨਹੀਂ ਕਰਦੀ। ਦੱਸਾਂ ਕਿਉਂ? ਕਿਉਂਕਿ ਪਿੰਡ ਚੱਕਰ ਦੀ ਕੋਈ ਵੀ ਸੜਕ, ਗਲੀ ਜਾਂ ਪਈ ਕੱਚੀ ਹੈ ਹੀ ਨਹੀਂ। ਧੂੜ ਉੱਡਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਦਰਅਸਲ ਇਸੇ ਪਿੰਡ ਦੇ ਕੈਨੇਡਾ ਵਸਦੇ ਸਿੱਧੂ ਭਰਾਵਾਂ ਨੇ ਕਿਤੇ ਸੁਪਨਾ ਦੇਖਿਆ ਸੀ ਕਿ ਆਪਣੇ ਪਿੰਡ ਨੂੰ ਸ਼ਹਿਰ ਵਰਗਾ ਤਮੀਰ ਕਰਾਂਗੇ, ਅਤੇ ਫਿਰ ਉਹਨਾਂ ਨੇ ਇਸ ਦੀ ਸੁਪਨੇ ਦੀ ਪੂਰਤੀ ਵੀ ਕੀਤੀ ਅਤੇ ਹੁਣ ਇਹ ਪਿੰਡ ਸਜਿਆ ਫੱਬਿਆ ਨਜ਼ਰ ਆਉਂਦਾ। ਪਿੰਡ ਦੀ ਨੁਹਾਰ ਬਦਲਣ ਦੇ ਸ਼ੁਰੂ ਹੋਏ ਕਾਫਲੇ 'ਚ ਪਿੰਡ ਦੀਆਂ ਸਾਰੀਆਂ ਸੜਕਾਂ ਵਧੀਆ ਤਰੀਕੇ ਨਾਲ ਬਣਾਈਆਂ ਗਈਆਂ ਹਨ, ਜਿਹੜੀਆਂ ਕਿ ਕਿਸੇ ਵੱਡੇ ਸ਼ਹਿਰ ਦਾ ਆਭਾਸ ਕਰਾਉਂਦੀਆਂ ਹਨ। ਪਿੰਡ ਚੱਕਰ ਵਿਖੇ ਸਰਕਾਰ ਦੀ ਸਹਾਇਤਾ ਅਤੇ ਪਿੰਡ ਦੇ NRIs ਵੱਲੋਂ 3 ਮੰਜ਼ਿਲਾ ਆਲੀਸ਼ਾਨ ਪੰਚਾਇਤ ਘਰ ਸਥਾਪਿਤ ਕੀਤਾ ਗਿਆ ਹੈ। ਇਸ ਪੰਚਾਇਤ ਘਰ ਦੀ ਗਰਾਊਂਡ ਫਲੋਰ 'ਤੇ ਜਿੱਥੇ ਪੰਚਾਇਤ ਲੱਗਦੀ ਹੈ ਉੱਥੇ ਪਹਿਲੀ ਅਤੇ ਦੂਸਰੀ ਮੰਜ਼ਿਲ 'ਤੇ ਜਿਮ ਅਤੇ ਰੈਸਟ ਹਾਊਸ ਬਣਾਏ ਗਏ ਹਨ। ਜੋ ਕਿ ਸਾਡੇ ਪਿੰਡ ਵਿੱਚ ਵਿਕਾਸ ਹੋਇਆ ਹੈ, ਜੋ ਪਾਰਕਾਂ ਬਣੀਆਂ ਨੇ, ਇੰਟਰਲੋਕ ਝੀਲਾਂ 'ਤੇ ਲਗਾਇਆ ਗਿਆ ਹੈ, ਸਰਕਾਰ ਵੱਲੋਂ ਤਕਰੀਬਨ ਸਾਨੂੰ 60-70 ਲੱਖ ਰੁਪਈਆ ਆਇਆ ਹੈ। ਕੁਛ ਪੈਸੇ NRI ਭਰਾਵਾਂ ਦੀ ਮਿਹਰਬਾਨੀ ਨਾਲ ਲੱਗੇ ਹੈ। ਜੋ ਸੀਵਰੇਜ ਦਾ ਕੰਮ ਕਰਵਾਇਆ ਉਹ ਵੀ NRI ਭਰਾਵਾਂ ਵੱਲੋਂ ਕਰਵਾਇਆ ਗਿਆ, ਸਰਦਾਰ ਜਮੇਰ ਸਿੰਘ ਸਿੱਧੂ ਅਤੇ ਬਲਦੇਵ ਸਿੰਘ ਸਿੱਧੂ। ਸਾਡੇ ਪਿੰਡ ਸਮੁੱਚੇ ਦਾ ਬਹੁਤ ਪਿਆਰ ਹੈ, ਜੋ ਕੰਮ ਕਰਦੇ ਹਾਂ ਸੰਯੋਗ ਦੇ ਨਾਲ ਕਰਦੇ ਹਾਂ। ਸਾਡੇ ਪਿੰਡ ਚੱਕਰ ਵਿੱਚ ਭਾਈ ਘਨੱਈਆ ਦੀ ਡਿਸਪੈਂਸਰੀ ਆ, ਸਪੈਸ਼ਲ ਉੱਥੇ ਐਂਬੂਲੈਂਸ ਦਾ ਸੁਵਿਧਾ ਹੈ, ਦਵਾਈਆਂ ਸਸਤੀਆਂ ਮਿਲਦੀਆਂ ਘੱਟ ਤੋਂ ਘੱਟ ਰੇਟ 'ਤੇ, ਅਤੇ ਐਕਸਰਾ ਵਗੈਰਾ ਵੀ ਕਰੇ ਜਾਂਦੇ ਆ, ਮਸ਼ੀਨਾਂ ਲੱਗੀਆਂ ਹੋਈਆਂ ਨੇ। ਸਾਡੇ ਡਿਸਪੈਂਸਰੀ ਸਰਕਾਰੂ ਵੀ ਆ, ਸਰਕਾਰੂ ਹਸਪਤਾਲ ਪਸ਼ੂਆਂ ਵਾਲਾ। ਹੋਰ ਸਾਡੇ ਪਾਰਕਾਂ ਵਗੈਰਾ ਬਹੁਤ ਸੋਹਣੀਆਂ ਬਣੀਆਂ ਨੇ, ਝੀਲਾਂ ਬਹੁਤ ਸੋਹਣੀਆਂ ਬਣੀਆਂ ਨੇ। ਸਾਡੇ ਪਿੰਡ ਦਾ ਪਿਆਰ ਅਤੇ ਥਵਾਕ ਬਹੁਤ ਹੈ, ਕੋਈ ਸਾਡੇ ਪਾਰਟੀਬਾਜ਼ੀ ਨਹੀਂ, ਪਾਰਟੀਬਾਜ਼ੀ ਤੋਂ ਉੱਪਰੋਂ ਉੱਠ ਕੇ ਸਾਰੇ ਕੰਮ ਕਰਦੇ ਹਾਂ। ਜੋ ਲੜਾਈ ਝਗੜਾ ਹੁੰਦਾ ਹੈ ਉਸ ਦਾ ਫੈਸਲਾ ਅਸੀਂ ਪੰਚਾਇਤ ਰਾਹੀਓ ਹੀ ਕਰਦੇ ਹਾਂ, ਅਸੀਂ ਕਦੇ ਥਾਣੇ ਨਹੀਂ ਜਾਣ ਦਿੱਤਾ, ਜੋ ਕਿ ਪਿੰਡ ਦੇ ਮੋਹਤਬਾਰ ਬੰਦਿਆਂ ਦੀ ਗੱਲ ਮੰਨਦੇ ਆ। ਪਿੰਡ ਦੇ ਇੱਕ ਕੋਨੇ 'ਚ ਕਿਸਾਨਾਂ ਦੇ ਪਸ਼ੂ ਧਨ ਦੀਆਂ ਬਿਮਾਰੀਆਂ ਤੋਂ ਰੋਕਥਾਮ ਲਈ ਇੱਕ ਵੈਟਰਨਰੀ ਡਿਸਪੈਂਸਰੀ ਵੀ ਬਣੀ ਹੋਈ ਹੈ, ਜਿੱਥੇ ਤਜਰਬੇਕਾਰ ਸਟਾਫ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ। ਪਿੰਡ ਚੱਕਰ ਵਿਖੇ ਸਹਿਕਾਰਤਾ ਲਹਿਰ ਨੂੰ ਅੱਗੇ ਵਧਾਉਂਦੇ ਹੋਏ ਐਗਰੀਕਲਚਰ ਸੋਸਾਇਟੀ ਵੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਜਦੋਂ ਸਾਡੀ ਟੀਮ ਸੋਸਾਇਟੀ ਵਿਖੇ ਪਹੁੰਚੀ ਤਾਂ ਇੱਥੇ ਸੋਸਾਇਟੀ ਦੇ ਮੁਲਾਜ਼ਮਾਂ ਅਤੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਸੋਸਾਇਟੀ ਮੁਨਾਫੇ 'ਚ ਕੰਮ ਕਰ ਰਹੀ ਹੈ ਅਤੇ ਕਿਸਾਨਾਂ ਦੀਆਂ ਹਰ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਰਹੀ ਹੈ।
ਇੱਥੇ ਟਰੈਕਟਰਾਂ ਆਧੁਨਿਕ ਖੇਤੀ ਉਪਕਰਨਾਂ ਦੇ ਨਾਲ ਨਾਲ ਬੀਜਾਂ ਅਤੇ ਖਾਦ ਦੇ ਸਟੋਰ ਵੀ ਸਥਾਪਿਤ ਹਨ। ਇਸ ਮੌਕੇ ਤੇ ਜਾਣਕਾਰੀ ਮਿਲੀ ਕਿ ਇਸੇ ਪਿੰਡ ਦੇ ਦੋ ਭਰਾਵਾਂ ਸਰਦਾਰ ਅਜਮੇਰ ਸਿੰਘ ਸਿੱਧੂ ਤੇ ਭਰਾ ਬਲਦੇਵ ਸਿੰਘ ਨੇ ਇਸ ਸੁਸਾਇਟੀ ਦੇ ਗਠਨ ਵੇਲੇ ਕਿਹਾ ਕਿ ਜੇਕਰ ਸਰਬਸੰਮਤੀ ਨਾਲ ਉਹ ਇਹਨਾਂ ਨੂੰ ਪ੍ਰਧਾਨ ਬਣਾਉਣਗੇ ਤਾਂ ਉਹ 25 ਲੱਖ ਰੁਪਈਆ ਇਸ ਤੇ ਲਗਾਉਣਗੇ। ਸਰਬਸੰਮਤੀ ਹੋਣ ਤੋਂ ਬਾਅਦ ਉਹਨਾਂ ਨੇ 25 ਲੱਖ ਦੀ ਬਜਾਏ ਇਸ ਸੁਸਾਇਟੀ ਲਈ 45 ਲੱਖ ਰੁਪਏ ਲਗਾਏ। ਪਿੰਡ ਚੱਕਰ ਵਿਖੇ ਸਿੱਖਿਆ ਦੇ ਪ੍ਰਸਾਰ ਲਈ 3 ਸਕੂਲ ਬਣੇ ਹੋਏ ਹਨ। ਇਹਨਾਂ ਵਿੱਚੋਂ ਡਾਕਟਰ ਭਾਗ ਸਿੰਘ ਗੌਰਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੂਬੇਦਾਰ ਬਾਬਾ ਜੀਵਾ ਸਿੰਘ ਸਿੱਧੂ ਸਰਕਾਰੀ ਐਲੀਮੈਂਟਰੀ ਸਕੂਲ ਗੁਰੂਸਰ ਸਰਦਾਰ ਚੱਕਰ ਤੇ ਤੀਸਰਾ ਨੰਬਰਦਾਰ ਸਰਦਾਰ ਗੁਰਬਚਨ ਸਿੰਘ ਬਾਠ ਸਰਕਾਰੀ ਐਲੀਮੈਂਟਰੀ ਸਕੂਲ। ਸਕੂਲਾਂ ਦੀ ਖਾਤਰ ਜਦੋਂ ਸਾਡੇ ਪਿੰਡ ਦੇ ਵਿੱਚ ਵਿਚਾਰ ਹੋਈ, ਗੌਰਮੈਂਟ ਨੇ ਐਲਾਨ ਕੀਤਾ ਸੀ ਵੀ ਸਕੂਲ ਆਪੋ ਆਪਣੇ ਨਾਂ 'ਤੇ ਕਰਾਉਣੇ ਆ ਖਰਚਾ ਕਰਕੇ, ਉਹਦੇ ਵਿੱਚ ਫਿਰ ਸਾਡੇ ਪਿੰਡ ਨੇ ਫੈਸਲਾ ਕੀਤਾ। ਡਾਕਟਰ ਭਾਗ ਸਿੰਘ ਦੀ ਉਦੋਂ PhD ਕੀਤੀ ਸੀਗੀ, ਉਹਨਾਂ ਨੂੰ ਪਹਿਲ ਦਿੱਤੀ, ਉਹਨਾਂ ਨੇ ਸਕੂਲ ਬਣਾਇਆ ਮੱਲਾ ਰੋਡ ਦੇ ਉੱਤੇ। ਉਦੋਂ ਬਾਅਦ 'ਚ ਮੱਲਾ ਰੋਡ ਦੇ ਉੱਤੇ ਡਾਕਟਰ ਭਾਗ ਸਿੰਘ ਨੇ ਸਕੂਲ ਬਣਾਇਆ 2 ਨੰਬਰ 'ਤੇ ਗੁਰਬਚਨ ਸਿੰਘ ਨੰਬਰਦਾਰ ਨੇ ਉਹਨਾਂ ਨੇ ਆਪਦੇ ਨਾਂ 'ਤੇ ਸਕੂਲ ਬਣਾਇਆ ਉਹਨਾਂ ਦੇ ਨਾਂ 'ਤੇ। ਉਦੋਂ ਬਾਅਦ 'ਚ ਜੀਵਾ ਸਿੰਘ ਦੇ ਨਾਂ 'ਤੇ ਸਕੂਲ ਬਣਾਇਆ ਜੀ, ਪ੍ਰਾਇਮਰੀ ਸਕੂਲ ਆ ਗੁਰਦੁਆਰਾ ਸਾਹਿਬ ਦੇ ਨਾਲ ਆ, ਉਹਦੇ ਨਾਂ 'ਤੇ ਬਣਾਇਆ। ਬਾਕੀ ਸਾਡੇ ਪਿੰਡ ਦੇ ਵਿੱਚ ਜਮੇਰ ਸਿੰਘ, ਬਲਦੇਵ ਸਿੰਘ, ਉਹਨਾਂ ਦੀ ਬਹੁਤ ਵੱਡੀ ਦੇਣ ਆ। ਉਹਨਾਂ ਨੇ ਸੀਵਰੇਜ ਦਾ ਕੰਮ ਆ ਕੇ ਪਿੰਡ ਰੰਭਿਆ, ਬਹੁਤ ਉਹਨਾਂ ਦਾ ਪਿੰਡ ਮਾਣ ਸਤਿਕਾਰ ਕਰਦਾ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ। ਬਹੁਤ ਬੰਦੇ ਦਾ ਜੀ ਸਾਡੇ ਪਿੰਡ 'ਚ ਬਹੁਤ ਪੈਸਾ ਖਰਚ ਕਰਦੇ ਆ, ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਉੱਥੋਂ ਆ ਕੇ ਉਹ ਖਰਚ ਕਰਦੇ ਆ। ਬੜਾ ਮਾਣ ਸਤਿਕਾਰ ਕਰਦੇ ਆ ਉਹਨਾਂ ਬੰਦਿਆਂ ਦਾ ਅਸੀਂ, ਜਿਹੜੇ ਸਾਡੇ ਨਗਰ ਦੇ ਵਿੱਚ ਆ ਕੇ ਖਰਚਾ ਕਰਦੇ ਆ, ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਦਾ। ਇਸ ਪਿੰਡ ਵਿਖੇ ਕਈ ਸੱਥਾਂ ਵੀ ਬਣੀਆਂ ਹੋਈਆਂ ਹਨ, ਜਿੱਥੇ ਦੁਪਹਿਰ ਵੇਲੇ ਅਤੇ ਵਿਹਲੇ ਸਮੇਂ 'ਤੇ ਬਜ਼ੁਰਗ ਅਤੇ ਨੌਜਵਾਨ ਆਪਣੇ ਤਜਰਬੇ ਸਾਂਝੇ ਕਰਦੇ ਹਨ ਅਤੇ ਤਾਸ਼ਾਂ ਦੀਆਂ ਬਾਜ਼ੀਆਂ ਲਾ ਕੇ ਮਨ ਪਰਚਾਵਾ ਵੀ ਕਰਦੇ ਹਨ। ਇੱਥੇ ਦੇ ਜਿਹੜੇ ਪੜ੍ਹੇ ਲਿਖੇ ਲੋਕ ਆ, ਉਹਨਾਂ ਦੀ ਅਗਵਾਈ 'ਚ NRI ਭਰਾਵਾਂ ਨੇ ਇੱਕ NRI ਵਿਕਾਸ ਕਮੇਟੀ ਬਣਾਈ। ਉਹ ਕਮੇਟੀ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਅੱਜ ਬਹੁਤ ਸਾਰੀਆਂ ਸੰਸਥਾਵਾਂ ਚਲਾ ਰਹੀ ਆ। ਖੇਡਾਂ ਦੇ ਖੇਤਰ ਵਿੱਚ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ। ਸੁਖਦੀਪ ਸਿੰਘ ਆ ਉਹ ਬੌਕਸਿੰਗ ਦੇ ਖੇਤਰ ਦੇ ਵਿੱਚ ਪ੍ਰੋਫੈਸ਼ਨਲ ਬੌਕਸਿੰਗ ਦੇ ਖੇਤਰ ਦੇ ਵਿੱਚ ਨਾਮ ਨਾ ਖੱਟ ਰਿਹਾ। ਇਹਦੇ ਨਾਲ ਹੀ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਕਿੱਤਾ ਜਿਹੜਾ ਅਗਾਂਹ ਵਧੂ ਕਿੱਤਾ ਗਾ ਉਹ ਵੀ ਕਰ ਰਹੇ ਆ, ਜਿਹਦੇ ਵਿੱਚ ਆਧੁਨਿਕ ਢੰਗਾਂ ਨਾਲ ਖੇਤੀ ਆ। ਸਾਡੇ ਪਿੰਡ ਦੇ ਵਿੱਚ ਇੱਕ ਸਹਿਕਾਰੀ ਸਭਾ, ਉਹਦਾ ਵੀ ਲੋਕ ਸਾਥ ਲੈਂਦੇ ਆ। ਅਸੀਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਇਸਦੀ ਜਾਗ ਲੱਗੇ। ਸਰਕਾਰਾਂ ਦੀ ਸਹਾਇਤਾ ਤੋਂ ਬਿਨਾਂ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਆ, ਆਪਣਾ ਹੱਥੀਂ ਆਪਣਾ ਆਪੇ ਹੀ ਕਾਰ ਸਵਾਰੀ ਹੈ। ਜੇਕਰ ਅਸੀਂ ਆਪਣਾ ਘਰ ਸਾਫ਼ ਕਰ ਲਾਂਗੇ, ਆਪਣੀ ਪੱਤੀ ਸਾਫ਼ ਕਰ ਲਾਂਗੇ, ਆਪਣਾ ਪਿੰਡ ਸਾਫ਼ ਕਰ ਲਾਂਗੇ, ਤਾਂ ਪੰਜਾਬ ਨੇ ਆਪਣੇ ਆਪ ਸਾਫ਼ ਹੋ ਜਾਣਾ। ਅਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਜਿਹੜੀ ਪੰਚਾਇਤ ਆ, ਨਗਰ ਨਿਵਾਸੀ ਆ, ਪੜ੍ਹੇ ਲਿਖੇ ਲੋਕ ਆ, ਉਹ ਪੰਚਾਇਤ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਆ। ਅਸੀਂ ਇਕੱਲਾ ਪਿੰਡ ਨੂੰ ਸੁੰਦਰ ਵਿਕਾਸ ਪੱਖੋਂ ਹੀ ਨਹੀਂ ਬਣਾ ਰਹੇ, ਸਾਡਾ ਮਕਸਦ ਸਰਦਾਰ ਅਜਮੇਰ ਸਿੰਘ ਸਿੱਧੂ ਦੀ ਸੋਚ ਦੁਆਰਾ ਉਹ ਇਹ ਆ ਵੀ ਲੋਕਾਂ ਦਾ ਮਾਨਸਿਕ ਪੱਧਰ ਉੱਚਾ ਚੁੱਕਿਆ ਜਾ ਸਕੇ। ਸੋ ਮੈਂ ਬੜੇ ਫਖਰ ਨਾਲ ਇਹ ਗੱਲ ਕਹਿਣੀ ਚਾਹੁੰਦਾ ਸਾਡੇ ਸਮੂਹ NRI ਭਰਾਵਾਂ ਦੇ ਦਮ ਦੇ ਉੱਪਰ, ਜਿਹੜੇ ਲੋਕਾਂ ਨੇ ਅੱਜ ਚੱਕਰ ਜਿਹੜਾ ਕਿ ਪੰਜਾਬ ਦੇ ਵਿੱਚ ਸਮੁੱਚੇ ਸੰਸਾਰ 'ਚ ਨਾਮ ਨਾ ਖੱਟ ਰਿਹਾ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇਕਰ ਤੁਸੀਂ ਪਿੰਡ ਦੇਖਣਾ ਤਾਂ ਆ ਜਾ ਮੇਰਾ ਪਿੰਡ ਆ ਕੇ ਵੇਖ ਲੈ। ਜੀਵਨ ਦੇ ਸਮਾਪਤ ਹੋਣ ਤੋਂ ਬਾਅਦ ਇਸ ਦੇ ਅੰਤਮ ਸੰਸਕਾਰ ਦੇ ਸਥਾਨ ਵੀ ਸਾਫ਼ ਸੁਥਰੇ ਪਾਰਕਾਂ ਵਾਂਗ ਹੀ ਬਣਾਏ ਗਏ ਹਨ। ਜਦੋਂ ਇਨਸਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ, ਦੋਸਤ ਮਿੱਤਰ ਗਮਜ਼ਦਾ ਹੁੰਦੇ ਹੋਏ ਇਨਸਾਨ ਦੇ ਅੰਤਿਮ ਸੰਸਕਾਰ ਨੂੰ ਇੱਥੇ ਬੈਠ ਕੇ ਆਪਣੇ ਅੱਖੀ ਦੇਖਦੇ ਹਨ ਤੇ ਇਸ ਤੋਂ ਬਾਅਦ ਗ੍ਰੰਥੀ ਸਿੰਘ ਇੱਥੇ ਹੀ ਲਾਉਣੀਆਂ ਦੇ ਪਾਠ ਨੂੰ ਸੰਪੂਰਨ ਕਰਕੇ ਅਰਦਾਸ ਵੀ ਕਰਦੇ ਹਨ।
चक्कर पिंड विच सारे ही धर्मां दे लोक वसदे हन। इत्थे एक श्री कृष्णा मंदिर भी इस पिंड दी शोभा वधा रहा है। इस मंदिर दा प्रबंध श्री कृष्णा मंदिर कमेटी करदी है। इस चक्कर पिंड की एक होर खासियत यह है कि इस पिंड विच एक ही गुरु घर है। इस गुरु घर विच 6वें पातशाह अते 10वें पातशाह जी ने अपने मुबारक चरण पाए सन। वाहो वाहो पानी निरंकार है, वाहो वाहो पानी निरंकार है, वाहो वाहो पानी निरंकार है, वाहो वाहो पानी निरंकार है। दिस जे वडियावर ना कोए, दिस जे वडियावर ना कोए, वाहो वाहो पानी निरंकार है। इस मौके ते गुरु घर दे सेवादार ग्रंथी सिंह होरां ने गुरु घर दा इतिहास भी दस्या। वाहिगुरू जी का खालसा, वाहिगुरू जी की फतेह। इस गुरु घर दा नाम गुरद्वारा गुरु सर चक्र पातशाही 6वीं अते 10वीं है। इस अस्थान ते 6वें पातशाह मीरी पीरी दे मालक धन धन साहिब श्री गुरु हरगोबिंद साहिब महाराज लोपो नगर दीआं संगतां नूं तारदे होए इस पावन पवित्र स्थान ते चरण पाए। उपरंत 10वें पातशाह धन धन साहिब श्री गुरु गोबिंद सिंह सज्जे पातशाह महाराज जिस समय गुरद्वारा टालियाणा साहिब तो मुगलों की जड़ पटते हुए लम्मे जट पुरे होंदे हुए गुरद्वारा महतियाणा साहिब तो होंदे हुए इस अस्थान ते जिथे 6वें पातशाह महाराज ने चरण पाए इस अस्थान ते धन धन साहिब श्री गुरु गोबिंद सिंह महाराज जी ने भी चरण पाए। इस पिंड दे विच सतगुरां दी रहमत दा सदका इक्को गुरु घर है जिथे समूह नगर नगर आके नतमस्तक हुंदा सतगुरां तों खुशियां प्राप्त करदा। जदों साडी टीम पिंड दा चक्कर लगाउंदी होई गुरु घर पहुंची तां उत्थे इक बीबी सेवा करदे मिले। बाद विच उस बीबी बारे सानूं पता चलिया कि ओह अर्जना अवार्ड विनर ते पंजाब दी वर्ल्ड बॉक्सर मैडलिस्ट ते एशियन चैंपियनशिप च मैडल जेतू बॉक्सर सिमरनजीत कौर दे माता जी हन। इस मौके ते उन्होंने अपनी बेटी परिवार अते पिंड वालियां बारे भी जानकारी सांझी कीती। राजपाल कौर जी, तुहाडी बेटी सिमरनजीत कौर अर्जुन अवार्डी जेता हैगी आ। अज साडी दूरदर्शन की टीम इत्थे पिंड दे विच आई सी, सानू बड़ी खुशी होई कि तुसी सानू मिले हो। ता तुहाडी बेटी नू अर्जुन अवार्ड मिलिया जी, तुसी की महसूस करदे हो? मेरी बेटी वर्ल्ड चैंपियन आ, वर्ल्ड चो मैडल लिया, एशियन मैडलिस्ट आ। सानू बहुत ज़्यादा महसूस आ कि बेटियां वा जिहड़ियां देश दा नाम रोशन कर दियां वा। ते गरीबी चो उठ के बेटी एड्डी तक दूर तक गई खेल के आई। पिंड वासियां ने भी बहुत ज़्यादा सहयोग दिता, पिंड दे नाल नाल ही ओह बेटी इत्थे तक गई है। तुहाडा होर भी बच्चा कोई खेडदा जी इह बॉक्सिंग दी गेम जिहड़ी हैगी आ? हांजी, मेरे 4 बच्चे आ, 2 बेटियां बॉक्सिंग खेलदियां, 2 मुंडे। जिहड़ा छोटा बेटा वा मेरा ਉਹ ਵੀ ਹੁਣ ਇਰਾਨ ਦੇ ਵਿੱਚ ਟੂਰ ਲਾ ਕੇ ਆਇਆ, ਖੇਲ ਕੇ ਆਇਆ ਵਾ, ਉਹ ਵੀ ਉੱਥੋਂ ਮੈਡਲ ਲੈ ਕੇ ਆਇਆ, ਪਹਿਲੇ ਨੰਬਰ 'ਤੇ ਆਇਆ। ਜਦੋਂ ਇਹ ਬੇਟੀਆਂ ਦੋਨੇ ਹੋਈਆਂ ਸੀਗੀਆਂ, ਹਾਂਜੀ, ਤਾਂ ਤੁਸੀਂ ਉਦੋਂ ਸੋਚਿਆ ਸੀਗਾ ਵੀ ਐਡੀ ਵੱਡੀ ਪ੍ਰਾਪਤੀ ਕਰੇਗੀ ਸਿਮਰਨਜੀਤ? ਨਹੀਂ ਜੀ, ਜਦੋਂ ਮੇਰੇ ਛੋਟੀ ਬੇਟੀ ਹੋਈ ਸੀਗੀ ਇਹੀ ਅਰਜਨ ਅਵਾਰਡੀ, ਮੈਂ ਬਹੁਤ ਰੋਈ ਸੀਗੀ, ਮੈਂ ਕਿਹਾ ਮੇਰੇ ਫਿਰ ਬੇਟੀ ਹੋ ਗਈ। ਪਰ ਅੱਜ ਮੈਂ ਉਹ ਗੱਲ ਸੋਚਦੀ ਹਾਂ ਫਿਰ ਵੀ, ਮੈਂ ਕਿਹਾ ਜਿਹਦੇ ਲਈ ਮੈਂ ਰੋਈ ਸੀਗੀ ਉਹਨੇ ਮੈਨੂੰ ਇੱਥੇ ਤੱਕ ਪਹੁੰਚਾਇਆ। ਇਕੱਲਾ ਪਿੰਡ ਚੱਕਰ ਹੀ ਨਹੀਂ, ਇਕੱਲੇ ਤੁਹਾਡਾ ਪਰਿਵਾਰ ਹੀ ਨਹੀਂ, ਸਾਰਾ ਜਿਹੜਾ ਦੇਸ਼ ਹੈਗਾ ਵਾ ਤੁਹਾਡੀ ਉਹ ਬੇਟੀ 'ਤੇ ਮਾਣ ਮਹਿਸੂਸ ਕਰਦਾ। ਮੈਂ ਸਮਝਦਾ ਵੀ ਕਿ ਜਿਹੜੀ ਭਰੂਣ ਹੱਤਿਆ ਹੋ ਰਹੀ ਆ ਉਹਦੇ ਖਿਲਾਫ਼ ਜਿਹੜੀ ਇਹ ਗੱਲ ਆ ਜਿਹੜੀ ਇਹ ਬਹੁਤ ਵੱਡੀ ਹੈਗੀ ਆ। ਅਸੀਂ ਅਪੀਲ ਕਰਦੇ ਹੈਗੇ ਹਾਂ ਕਿ ਜਿੰਨੀਆਂ ਵੀ ਸਾਡੀਆਂ ਬੇਟੀਆਂ ਪੈਦਾ ਹੋ ਰਹੀਆਂ ਵਾ ਉਹਨਾਂ ਨੂੰ ਕੁੱਖ 'ਚ ਨਾ ਮਾਰਿਆ ਜਾਵੇ। ਉਹਨਾਂ 'ਚੋਂ ਪਤਾ ਨਹੀਂ ਕਿੰਨੀਆਂ ਅਰਜਨ ਅਵਾਰਡ ਜਿੱਤਣ, ਜਿਹੜੀਆਂ ਧੀਆਂ ਸਾਡੀਆਂ ਹੋਣੀਆਂ ਵਾ ਕਿੰਨੇ ਉਹਨਾਂ ਨੇ ਹੋਰ ਅਵਾਰਡ ਜਿੱਤਣੇ ਹੈਗੇ ਆ। ਸਿੱਖਿਆ ਖੇਤਰ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਇਸ ਪਿੰਡ ਨੇ ਨਾਮਣਾ ਖੱਟਿਆ ਹੈ। ਇੱਥੇ NRI ਭਰਾਵਾਂ ਵੱਲੋਂ ਪੰਜਾਬ ਬਾਕਸਿੰਗ ਅਕੈਡਮੀ ਦੀ ਸਥਾਪਨਾ ਵੀ ਕੀਤੀ ਗਈ ਹੈ ਜਿਸ ਵਿੱਚ ਆਧੁਨਿਕ ਉਪਕਰਨ ਤੇ ਹੋਰ ਸਮਾਨ ਮੁਹੱਈਆ ਕਰਵਾਇਆ ਗਿਆ ਹੈ। ਇੱਥੇ ਬੱਚੇ ਸਵੇਰੇ ਤੇ ਸ਼ਾਮ ਰੋਜ਼ਾਨਾ ਪ੍ਰੈਕਟਿਸ ਕਰਦੇ ਹਨ।
इत्थे ही श्री मगर सिंह यादगारी स्टेडियम भी है जिथे फुटबाल एथलेटिक्स अते कबड्डी दीयां ग्राउंडां भी हन। पिंड विखे साड़ी टीम की एक नौजवान नाल मुलाकात हुई। वो एमए पास गीतकार ते गायक है जिसका नाम गुरमेल सिंह किंगरा है जिसने मौके ते ही गीत लिख के गाया। रब दे नां तो पहला हर एक बच्चा सिखदा तेरा नां गुरु पीर अवतार पैगंबरा तो भी उच्ची तेरी थां देवी प्यार मोहब्बत दी ते सारे जग दी जननी मां किंगरे ओ करमा बाले ने जिन्ना दे सिर ते तेरी शां रब तो उच्चा मां दा दर्जा कदे नी लैंदा मां दा करजा बकरा ही निग हुंदा बकरा ही निग हुंदा मां दियां बाहां दा कलियां तो वध कोमल हिरदा मां दा कलियां तो वध कोमल हिरदा मां दा मां ते ती दा रिश्ता न्यारा ती तांबड़ी दा सदा सहारा माण मोल खजाना मिठड़े चा मां दा कलियां तो वध कोमल हिरदा मां दा कलियां तो वध कोमल हिरदा मामा दा पुत्रां लई अरदासां करदी जग दी पैड़ी नज़र तो डरदी फर्क ना पै जे किधरे सके भरावां दा कलियां तो वध कोमल हिरदा मामा दा कलियां तो वध कोमल हिरदा मामा दा ओ दुनिया दे लोको सोचो मां बूझो दे प्यार नू लोचो कोई भरोसा नहीं इन्ना शामां दा कलियां तो वध कोमल हिरदा मामा दा कलियां तो वध कोमल हिरदा मामा दा मां मर जे पछताउणा पैंदा अर्थी मोढा लाउणा पैंदा बेड़ी वाजो कादा जोर मलावां दा कलियां तो वध कोमल हिरदा मामा दा कलियां तो वध कोमल हिरदा मामा दा पिंड चकर जद किंगरा आवे मां दे चरणा नू हथ लावे सम सम भी वगदा दुआवां दा कलियां तो वध कोमल हिरदा मामा दा कलियां तो वध कोमल हिरदा मामा दा। पिंड नूं नमूने दा पिंड बनाउण लई करीब 13 करोड़ रुपए की वड्डी रकम खर्च हुई। इस विच जे सरकार दी गल करिए तां मसां ही 2-2.5 करोड़ रुपए दा योगदान होवेगा। बाकी सत समुंदर पार वसदे पिंडां दे प्रवासी पंजाबियां पिंड वासियां वल्लों खर्च कीता गया है। इस विच 6 करोड़ तों किते वध दा वड्डा योगदान इकल्यां ही सिद्धू भरावां अजमेर सिंह सिद्धू अते बलदेव सिंह सिद्धू वल्लों खर्च कीता गया है। इन्हां विचों अजमेर सिंह सिद्धू चाहे पिछले समय विछोड़ा दे गए पर पिंड की खूबसूरती दे तिणके तिणके विच उन्हां वल्लों पाया गया योगदान बाखूबी बोलदा है। पिंड चक्कर मौजूदा सरपंच श्रीमती परमजीत कौर ते पंच साहिबान होरां दी रहनुमाई हेठां तरक्की दीआं पलंगां पुट रहा है। ते ए सी पंछी चात पिंड चक्कर ते ते हुण मैनूं तजिंदर सिंह जशन नूं दिओ आग्या। अगली बार तुहाडे अपने हरमन प्यारे डीडी पंजाबी चैनल राही तुहानू लै चलांगे किसे होर पिंड। सत श्री अकाल। आया मेरा पिंड वेख लै।